ਮੇਰੇ ਹੁੰਦੇ ਆ ਕਮਰੇ ਵਿੱਚੋਂ ਬਾਹਰ ਨਹੀਂ ਸੀ ਨਿਕਲਿਆ ਕਰਦੀ ਏ, ਅੱਜ ਅੱਖਾਂ ਵਿੱਚ ਅੱਖਾਂ ਪਾ ਕੇ ਮੇਰੇ ਨਾਲ ਗੱਲਾਂ ਕਰਦੀ ਨਜ਼ਰ ਆ ਰਹੀ ਏ, ਅੱਜ ਮੈਨੂੰ ਜਵਾਬ ਦਿੰਦੀ ਨਜ਼ਰ ਆ ਰਹੀ ਏ। ਹਾਲਾਤ ਬਦਲ ਗਏ ਨੇ, ਦਿਲ ਦੀ ਦੁਨੀਆ ਬਦਲਣ ਲੱਗੀ ਏ, ਤੇ ਜਨਾਬੇ ਉਮਰ ਕਹਿਣ ਲੱਗੇ ਨੀ ਪਿਆਰੀ ਏ ਫਾਤਿਮਾ, ਓਈ ਤੂੰ ਮੇਰੀ ਨੁਮਾਨੀ ਭੈਣ ਫਾਤਿਮਾ, ਮੈਂ ਮੇਰੇ ਨਾਲ ਇੰਨਾ ਪਿਆਰ ਕਰਨ ਵਾਲੀ ਏ, ਮੇਰੀਆਂ ਇੰਨੀਆਂ ਇੱਜ਼ਤਾਂ ਕਰ ਜਾਣ ਵਾਲੀ ਏ। ਖੈਰ ਤੇ ਹੈ ਵੇ, ਕਿਹੜੀ ਸ਼ੈ ਵੇ ਜਿੰਨੇ ਤੈਨੂੰ ਮੇਰੇ ਸਾਹਮਣੇ ਖੜਿਆ ਕਰ ਦਿੱਤਾ ਏ। ਤੇ ਭੈਣ ਜਵਾਬ ਦਿੰਦੀ ਏ, ਵੇ ਮੇਰੇ ਆ ਵੀਰਾਂ, ਜਿਸ ਮਾਂ ਦਾ ਦੁੱਧ ਤੂੰ ਪੀਤਾ ਏ ਮੈਂ ਵੀ ਤੇ ਉਸੇ ਮਾਂ ਦਾ ਦੁੱਧ ਪੀਤਾ ਏ, ਅਗਰ ਮੈਨੂੰ ਬਹਾਦਰ ਕੀਤਾ ਤੇ ਰੱਬ ਦੇ ਕੁਰਾਨ ਨੇ ਬਹਾਦਰ ਕੀਤਾ ਏ। أعوذ بالله السميع العليم من الشيطان الرجيم بسم الله الرحمن الرحيم والذين معه أشداء على الكفار رحماء بينهم تراهم ركعا سجدا يبتغون فضلا من الله ورضوانا واجب الاحترام سامعین حضرات، ہر قسم دی حمد و ثنا اللہ وحدہ لا شریک خالق کائنات مالک ارض و سما واسطے بے حساب و بے شمار درود و سلام، امام الانبیاء جناب محمد الرسول اللہ صلی اللہ علیہ وسلم دی ذات بابرکات، پیارے ساتھیو، محرم الحرام دے مہینے دی آمد ہے، ذلحج دا مہینہ، ਜੋ ਕਿ ਆਪਣੇ ਇਖਤਿਤਾਮ ਦੀ ਤਰਫ ਜਾ ਰਿਹਾ ਹੈ। ਜ਼ਿਲਹਜ ਦੀ 27 ਤਾਰੀਖ ਨੂੰ ਖਲੀਫਾ ਸਾਨੀ سیدنا فاروق اعظم کہہ دیو رضی اللہ تعالی عنہ، جنہ تے نماز دی حالت دے اندر حملہ کیتا گیا ہے، اور یکم محرم الحرام نو سیدنا عمر بن خطاب رضی اللہ تعالی عنہ
ਚਾਮੇ ਸ਼ਹਾਦਤ ਨੋਸ਼ ਕਰ ਜਾਂਦੇ ਨੇ। ਪਿਆਰੇ ਪੈਗੰਬਰ ਅਲੀ ਸਲਾਤੋ ਸਲਾਮ ਦੇ ਜਾਨ ਨਿਸਾਰ ਆਕਾ ਅਲੀ ਸਲਾਤੋ ਸਲਾਮ ਦੇ ਤਾਬੇਦਾਰ ਵਫਾਦਾਰ ਕਿ ਜਿਨ੍ਹਾਂ ਦੇ ਬਾਰੇ ਆਕਾ ਅਲੀ ਸਲਾਤੋ ਸਲਾਮ ਨੇ ਫਰਮਾਇਆ ਕਿ ਮੇਰੇ ਸਹਾਬਾ ਉਹ ਸਹਾਬਾ ਨੇ ਜੱਗਾਂ ਦੇ ਪੀਰ ਅਲੀ ਸਲਾਤੋ ਸਲਾਮ ਫਰਮਾਉਂਦੇ ਨੇ ਕਿ ਲੋਗੋ ਮੇਰੇ ਸਹਾਬਾ ਦੇ ਮਾਮਲੇ ਦੇ ਅੰਦਰ ਅੱਲਾਹ ਦੇ ਕੋਲੋਂ ਡਰਦੇ ਰਿਹਾ ਜੇ ਅੱਲਾਹ ਦਾ ਡਰ ਆਪਣੇ ਦਿਲਾਂ ਦੇ ਅੰਦਰ ਪੈਦਾ ਕਰ ਲਿਆ ਜੇ ਜਿਸ ਬਦਬਖਤ ਨੇ ਮੇਰੇ ਸਹਾਬਾ ਨੂੰ ਤਕਲੀਫ ਦਿੱਤੀ ਮੰਦਾ ਬੋਲਿਆ ਪਰੇਸ਼ਾਨ ਕੀਤਾ ਉਹ ਸਮਝ ਲੈ ਉਹਨੇ ਮੈਂ ਮੁਹੰਮਦ ਅਲੀ ਸਲਾਮ ਨੂੰ ਤਕਲੀਫ ਪਹੁੰਚਾਈ ਹੈ ਔਰ ਜਿਹਨੇ ਪਿਆਰੇ ਪੈਗੰਬਰ ਅਲੀ ਸਲਾਤੋ ਸਲਾਮ ਨੂੰ ਤਕਲੀਫ ਪਹੁੰਚਾਈ ਉਹ ਸਮਝ ਲਏ ਉਹਨੇ ਅਰਸ਼ ਵਾਲੇ ਰੱਬ ਨੂੰ ਤਕਲੀਫ ਪਹੁੰਚਾਈ ਹਾਲਾਂ ਉਹ ਖਾਲਕ ਏ ਮਾਲਕ ਏ ਤਕਲੀਫਾਂ ਤੋਂ ਪਾ ਕੇ ਮੁਬਰੈ ਔਰ ਜਿਹੜਾ ਬੰਦਾ ਇਹ ਜ਼ੇਨ ਰੱਖਦਾ ਪਿਆਰੇ ਪੈਗੰਬਰ ਅਲੀ ਸਲਾਮ ਦੇ ਸਹਾਬਾ ਦੇ ਬਾਰੇ ਆਕਾ ਅਲੀ ਸਲਾਤੋ ਸਲਾਮ ਨੇ ਫਰਮਾਇਆ ਅਨ ਕਰੀਬ ਅੱਲਾਹ ਦੁਲ ਜਲਾਲ ਉਹਨੂੰ ਪਕੜ ਲੈਣਗੇ ਔਰ ਕਿਆਮਤ ਦੀਆਂ ਦੀਵਾਰਾਂ ਤੱਕ ਲਈ ਉਸ ਬਦਬਖਤ ਨੂੰ ਇਬਰਤ ਦਾ ਨਿਸ਼ਾਨ ਬਣਾ ਦੇਣਗੇ। ਕੌਣ ਪਿਆਰੇ ਪੈਗੰਬਰ ਅਲੀ ਸਲਾਤੋ ਸਲਾਮ ਦੇ ਜਾਨ ਨਿਸਾਰ ਵਫਾਦਾਰ ਆਕਾ ਅਲੀ ਸਲਾਤੋ ਸਲਾਮ ਦੇ ਸਹਾਬਾ ਦਾ ਤਜ਼ਕਿਰਾ ਅਗਰ ਤੌਰਾਤ ਨੂੰ ਦੇਖਿਆ ਜਾਏ ਨੇ ਤੌਰਾਤ ਦੇ ਅੰਦਰ 13 ਦਫ਼ਾ ਆਕਾ ਅਲੀ ਸਲਾਤੋ ਸਲਾਮ ਦੇ ਸਹਾਬਾ ਦਾ ਤਜ਼ਕਿਰਾ ਮੌਜੂਦ ਏ ਇੰਜੀਲ ਦੇ ਅੰਦਰ 11 ਦਫ਼ਾ ਪਿਆਰੇ ਪੈਗੰਬਰ ਅਲੀ ਸਲਾਤੋ ਸਲਾਮ ਦੇ ਜਾਨ ਨਿਸਾਰਾਂ ਦਾ ਤਜ਼ਕਿਰਾ ਮੌਜੂਦ ਏ ਤੌਰਾਤ ਦੇ ਅੰਦਰ 10 ਦਫ਼ਾ ਆਕਾ ਅਲੀ ਸਲਾਤੋ ਸਲਾਮ ਦੇ ਪਰਵਾਨਿਆਂ ਦਾ ਤਜ਼ਕਿਰਾ ਮੌਜੂਦ ਏ ਔਰ ਜਦੋਂ ਕੁਰਾਨ ਨੂੰ ਪੜ੍ਹਿਆ ਜਾਏ ਕੁਰਾਨ ਦੀ ਤਿਲਾਵਤ ਕੀਤੀ ਜਾਏ ਅੱਲਾਹ ਦੁਲ ਜਲਾਲ ਨੇ ਹਰ ਪਾਰੇ ਦੇ ਅੰਦਰ 700 ਦਫ਼ਾ ਆਪਣੇ ਪਿਆਰੇ ਪੈਗੰਬਰ ਅਲੀ ਸਲਾਤੋ ਸਲਾਮ ਦੇ ਜਾਨ ਨਿਸਾਰਾਂ ਦਾ ਤਜ਼ਕਰਾ ਫਰਮਾਇਆ ਆਓ ਨਜ਼ਰਾ ਅੱਲਾਹ ਦੁਲ ਜਲਾਲ ਦਾ ਕੁਰਾਨ ਸਮਾਤ ਫਰਮਾ ਲਓ ਪੈਗਾਮ ਖੁਦਾਵੰਦੇ ਅੱਲਾਹ ਦੁਲ ਜਲਾਲ ਫਰਮਾ ਰਹੇ ਨੇ محمد رسول اللہ والذین معه اشداء علی الکفار رحماء بینهم تراهم ركعا سجدا يبتغون فضلا من الله ورضوانا سيماهم في وجوههم من أثر السجود
ذالک مثلہم فی التوراۃ ومثلہم فی الانجیل. اللہ ذو الجلال نے ویخلا قرآن نازل فرما دیتا ہے کون پیارے پیغمبر علیہ السلام دے جان نے سارے والذین معه اشداء علی الکفار رحماء بینهم رحماء بینهم. آپس دے اندر بڑے نرم دل نے، آپس دے اندر بڑا پیار کرنے والے. آقا علیہ الصلوۃ والسلام دے پیارے پیارے جان نے سارے آپس دے اندر بڑیاں محبت کر جانے والے. اشداء الکفار کافراں واسطے بڑے سخت نے، کافراں دے نال ویکھ لو. اے پیارے پیغمبر علی صلی اللہ سلام دے جان نے سارے آپس دے اندر نرم دل رکھن والے نے تے کافراں واسطے سخت دل رکھن والے. اے جگاں دے پیر علی صلی اللہ سلام دے پیارے پروانے نے رحماء بینہم تراہم رکعان سجدا. انہاں دیاں نشانیاں اگے اللہ ذو الجلال بتلا رہے نے، بیان کر رہے نے. رکعان سجدا یبتغون فضلا من اللہ و رضوانا سیماهم فی وجوههم من اثر السجود ذالک مثلهم فی التوراۃ ومثلهم فی الانجیل. جے اللہ ذو الجلال دے پیارے پیغمبر جناب محمد صلی اللہ علیہ وسلم دے جان نے سارے اور قرآن دا ایک اور مقام ذرا سماعت فرما لو. جگان دے پیر علیہ الصلوۃ والسلام دی ذات اللہ ذو الجلال قرآن نازل فرما رہے نے اولائک علی ہدی من ربہم. اچھی کہہ دیو اولائک. ہون تے ویسے رب العالمین نے موسم بڑا پیارا بنا دیتا ہے، اجے بھی پریشان لگن ڈے. اجے رب نے رحمت دی بارش نازل کیتی ہے، میرا دل کردا ہے میں قرآن دی بارش برساندا جاواں اور تہاڈے دلاں نوں ٹھاردا جاواں اور تہاڈے دلاں دیاں بنجر زمیناں قرآن دے نور نال شاداب کردا جاواں، آباد کردا جاواں. اللہ ذو الجلال فرما اولائک علی ہدی من ربہم واولائک هم المفلحون. اللہ ذو الجلال فرما رہے نے ایو لوگ نے جنہاں ول ہدایت آئیے، اینا پیاریاں نے ہدایت نو قبول فرما لے آئے اور ای لوگ کامیاب نے. ای پیارے پیغمبر علی صلی اللہ سلام دے پروانے فلا پا جان والے نے، کامیاب ہو جان والے نے. ہے تے سارے آقا علی صلی اللہ
सलाम दे परवाने ने जगां दे पीर अली सलातो सलाम दे दीवाने ते मस्ताने ने। और जिवें बंदा किसे बाग दे अंदर दाखल हो जांदा है ना, बाग दे अंदर दाखल हो जावे, बाग दे अंदर वेंदा जांदा है, गुलाब दे फुल्लां दीयां खुशबूआं अलग नजर आ रहियां ने, चंबेले दे फुल दी खुशबू अलहदा वे, और जनाब मोतीए दीयां खुशबूआं अलग नजर आ रहियां ने। इसे अंदाज दे नाल जदों बंदा बागे मुहम्मदी वल वेंदा है, जदों बंदा बागे मुहम्मदी दा चक्कर लगांदा है, इस बागे मुहम्मदी दे अंदर किते प्यारे अबू बकर जनाब ए जनाब चहल दे नजर आ रहे ने, किते प्यारे उस्मान दियां खुशबूआं आ रही ने, किते जनाब अली दियां खुशबूआं आ रही ने, किते प्यारे उस्मान दियां खुशबूआं आ रही ने, किते प्यारे बिलाल दियां खुशबूआं आ रही ने, किते तलहा ते जुबैर दियां खुशबूआं आ रही ने, और किते प्यारे पैगंबर अली सलातो सलाम दे प्यारे यार हजरत उमर फारूक रजी अल्लाह ताला अनहो दियां खुशबूआं आ रही ने। आका अली सलातो सलाम दा बाग खिलिया नजर आ रहा है, कैसा प्यारा अंदाज है, ओए वाह वाह बाग मुहम्मद सोना। उची कह दियो सुभान अल्लाह। मेरे बड़े ही प्यारे भाई हाजी जवेद पंजाबी साहब ने फरमाइश की थी कि ए शेर जुमे दे अंदर जरूर सुनाया आ जाए, तड़प जाए आ जाए, खिलखिला जाए आ जाए। अल्लाह हाजी जवेद पंजाबी दी जवानी दे अंदर बहार पैदा फरमा देवे। आ सुन लो जरा, वावा बाग मुहम्मद सोना ते जिस दमाले सोना ते सैयद अशरफ सब जग नालो पाक जमालो सोना। ओए आन मिले ने बाग मुहम्मदी नेक नसीब जिन्हां दे, किते प्यारे अबू बकर आ रहे ने, किते प्यारे उमर नाल मिलदे नजर आ रहे ने, किते उस्मानो हैदर रलदे नजर आ रहे ने, किते तलहा ते जुबैर मिलदे नजर आ रहे ने। ओए आन मिले ने बाग मुहम्मद सुभान अल्लाह सुभान अल्लाह। आन मिले ने बाग मुहम्मद ते नेक नसीब जिन्हां दे, ते मुशरक बिदती इस गुलजारों परे परे रे जान दे, ते सीधा रस्ता सड़क मुहम्मदी मैं के सिफत सुना। आ जाओ रल जो कुरान हदीसी ते रहमत ठंडिया छावां, या रब कर मंजूर दुआई तो फजलां दा साई, ते बाग मुहम्मदी अंदर रखिए, बाग मुहम्मदी अंदर रखिए, ते एदे नाल उठाई, अल्लाह जुल जलाल फरमा रहे ने वल्लज़ीना मअहू
اشدعو علی الکفار رحما او بینهم تراهم رکعان سجدا یبتغون فضلا من الله و رضوانا سیماهم فی وجوههم من اثر السجود ذلک مثلهم فی التوراة و مثلهم فی الانجیل. اے اللہ ذو الجلال نے قرآن نازل فرمایا ہے، آؤ ذرا غور کرتے جائے آجے پیارے پیغمبر علیہ الصلوۃ والسلام دے ہے تے سارے جان نثار نے، ہے تے سارے تابع دار تے فرمانبردار نے، اج جس عظیم شخصیت دا جس پیاری ہستے دا تذکرہ خیر میں تواڈے گوش گزار کرنا چاہنا وے، سیدنا فاروق اعظم رضی اللہ تعالی انہو. او یار کنیا عظمت پا جان والے، کنیا شان پا جان والے، کنا مقام و مرتبہ حضرت عمر رضی اللہ تعالی عنہ زندگی دے اندر رہ کے پا جانے والے پیارے پیغمبر علیہ الصلوۃ والسلام دے کول ایک دن آجے نوے نوے جڑے مسلمان ہوئے نے پیارے پیغمبر علیہ سلام دے جان نثاراں دے نال مکے والے زیادتیاں کر دے جا رہے نے، مکے والے ظلم کر دے نظر آ رہے نے، آقا علیہ الصلوۃ والسلام دے پیارے پیارے پروانے جے اجے ابتدائی سلام ہے نا، اجے سلام نو قوت نہیں ملے جگاں دے پیر علیہ الصلوۃ والسلام دے کول، آقا علیہ سلام دے پروانے آئے نے دکھے دل لے کے آقا علیہ السلام نو آ کے عرض کر رہے نے اللہ دے نبی جی اسے کنی کو دیر ظلم برداشت کر دے روانگے، اینا مکے والیاں نے جینا حرام کر دیتا ہے، مکے والیاں نے پریشان کرنا شروع کر دیتا ہے، آقا علیہ السلام نو کہہ رہے نے اللہ دے نبی جی دا حال تے ذرا بدلاؤ نا، تے آقا علیہ الصلوۃ والسلام اینا دا درد لے کے آئے نے پیارے پیغمبر علیہ الصلوۃ والسلام امت والے لئی آئے نے تے حریص بن کے آئے نے، قرآن بھی اعلان کر رہے ہیں اللہ فرما رہے ہیں لقد جاءکم رسول من انفسکم عزیز سن علیہ ما انتم حریصن علیکم بالمؤمنین رؤوف رحیم. آقا علیہ الصلوۃ والسلام فرماندے نے صحابیو پریشان نہ ہو، کچھ نہ کچھ حل رب العالمین ضرور فرما دیں گے. آقا علیہ الصلوۃ والسلام دے پروانے چلے گئے نے، رات پہ گئی ہے، رات دیاں تاریکیاں چھا جاندیاں نے، جگاں دے پیر علیہ الصلوۃ والسلام اوئے آو نا فیصلہ آبادیو رب نو منان دا ول سکھ کے لے جاؤ، آقا علیہ الصلوۃ والسلام نو منان دا طریقہ کار پیارے پیغمبر علیہ السلام دے کولو نوٹ کر کے لے جایا جے، آمینہ دے لال جناب محمد صلی اللہ علیہ وسلم رات دا سناٹا چھا جاندا اے تے ہن اپنے رب دے کولو ترلا کرن ڈے نے، اپنے رب دے کولو دعاواں کر دے نظر آ رہے نے، اللہم اعز الاسلام
ਆਯਜ਼ਲ ਇਸਲਾਮ ਬਿਅਹਬ ਆਜ਼ਯਨ ਰਜੁਲੈਨ ਇਲੈਕ ਬਿਅਬਿ ਜਹਲਿਨ ਆਉ ਬਿ ਉਮਰ ਬਨਿਲ ਅੱਲਾਹ ਦੁਲ ਜਲਾਲ ਦੇ ਕੋਲੋ ਦੁਆ ਕਰ ਰਹੇ ਨੇ ਅਰਸ਼ਾਂ ਵਾਲਿਆ ਰੱਬਾ ਮੱਕੇ ਸ਼ਹਿਰ ਦੇ ਅੰਦਰ ਦੋ ਚੌਧਰਾਵਾਂ ਨੇ ਮੱਕੇ ਸ਼ਹਿਰ ਦੇ ਅੰਦਰ ਦੋ ਚੌਧਰੇ ਨਜ਼ਰ ਆ ਰਹੇ ਨੇ ਅੱਲਾਹੁਮਾ ਆਯਜ਼ਲ ਇਸਲਾਮ ਅੱਲਾ ਇਸਲਾਮ ਨੂੰ ਇੱਜ਼ਤਾਂ ਅਤਾ ਫਰਮਾ ਦੇ ਕਾਹਦੇ ਨਾਲ ਅੱਲਾ ਦੋ ਚੌਧਰੀਆਂ ਦੇ ਵਿੱਚੋਂ ਇੱਕ ਚੌਧਰੀ ਚਾਹੀਦਾ ਹੈ ਪਤਾ ਲੱਗਾ ਇਸਲਾਮ ਨੂੰ ਚੌਧਰੀਆਂ ਦੀ ਵੀ ਲੋੜ ਹੈ ਚੌਧਰੀਆਂ ਦੀ ਵੀ ਬੋਲੋ ਚੌਧਰੀਆਂ ਦੀ ਵੀ ਇਸਲਾਮ ਨੂੰ ਚੌਧਰੀ ਵੀ ਚਾਹੀਦੇ ਨੇ ਚੌਧਰੀ ਅਮਜੀ ਅਮਜਾ ਸਾਹਿਬ ਅੱਲਾ ਤੁਹਾਡੀਆਂ ਮੁਹੱਬਤਾਂ ਕਬੂਲ ਫਰਮਾਏ ਆ ਵੇਖ ਲਓ ਆਕਾ ਅਲੀ ਸਲਾਤੋ ਸਲਾਮ ਦੁਆ ਕਰ ਰਹੇ ਨੇ ਅੱਲਾ ਸੋਹਣਿਆ ਜਿਹੜਾ ਤੈਨੂੰ ਪਸੰਦ ਇੱਕ ਹਸ਼ਾਮ ਦਾ ਬੇਟਾ ਅਮਰੇ ਇੱਕ ਖਤਾਬ ਦਾ ਬੇਟਾ ਉਮਰੇ ਅੱਲਾ ਜਿਹੜਾ ਤੈਨੂੰ ਪਸੰਦ ਓ ਅਤਾ ਫਰਮਾ ਦੇ ਆਕਾ ਅਲੀ ਸਲਾਤੋ ਸਲਾਮ ਦੁਆਵਾਂ ਕਰਦੇ ਨਜ਼ਰ ਆ ਰਹੇ ਨੇ ਔਰ ਅੰਦਾਜ਼ ਕਿਤਨਾ ਪਿਆਰਾ ਤੇ ਨਿਰਾਲਾ ਹੈ ਤੜਪ ਜਾਇਆ ਜੇ ਖਿਲ ਖਿਲਾ ਜਾਇਆ ਜੇ ਲਹਿਲਾ ਜਾਇਆ ਜੇ ਸੋਹਣੇ ਹੱਥ ਉਠਾ ਕੇ ਦੁਆ ਮੰਗੀ ਸੋਹਣੇ ਹੱਥ ਉਠਾ ਕੇ ਦੁਆ ਮੰਗੀ ਸ਼ਰਮਾ ਸਾਰੀਆਂ ਰੱਬੇ ਗਫੂਰ ਤੈਨੂੰ ਸੋਹਣੇ ਹੱਥ ਉਠਾ ਕੇ ਦੁਆ ਮੰਗੀ ਸ਼ਰਮਾ ਸਾਰੀਆਂ ਰੱਬੇ ਗਫੂਰ ਤੈਨੂੰ ਇੱਜ਼ਤ ਰੱਖ ਇਸਲਾਮ ਦੀ ਆਪ ਸਾਈਆਂ ਇੱਜ਼ਤ ਰੱਖ ਇਸਲਾਮ ਦੀ ਆਪ ਸਾਈਆਂ ਕੋਈ ਚੀਜ਼ ਨਾ ਨਜ਼ਰੋਂ ਦੂਰ ਤੈਨੂੰ ਅਬੂ ਜਾਲ ਕੱਲ ਜਾਂ ਉਮਰ ਤਾਈ ਅਬੂ ਜੜ ਤੜ ਬਜਾਏ ਆ ਜੇ ਹਾਜੀ ਅਤਾਰਮਨ ਪੰਜਾਬੀ ਸਾਹਿਬ ਗੌਰ ਕਰੇ ਆ ਜੇ ਆਕਾ ਅਲੀ ਸਲਾਤੋ ਸਲਾਮ ਦੁਆ ਕਰ ਰਹੇ ਨੇ ਅਬੂ ਜਾਲ ਕੱਲ ਜਾਂ ਉਮਰ ਤਾਈ ਜਿਹੜਾ ਦੁਆ ਵਿੱਚੋਂ ਮਨਜ਼ੂਰ ਤੈਨੂੰ ਜਿੰਨੇ ਵਾਰ ਨੀ ਜਾਨ ਇਸਲਾਮ ਉਦੋਂ ਫੈਸਲਾਬਾਦੀ ਆ ਜਿੰਨੇ ਵਾਰ ਨੀ ਜਾਨ ਇਸਲਾਮ ਉਦੋਂ ਪਤਾ ਉਸ ਦਾ ਮੌਲਾ ਜ਼ਰੂਰ ਤੈਨੂੰ ਅੱਲਾਹੁਮਾ ਆਯਜ਼ਲ ਇਸਲਾਮ ਜ਼ਰਾ ਥੋੜ੍ਹਾ ਜਿਹਾ ਪਿੱਛੇ ਨਾ ਟੁਰ ਜਾਈਏ ਜੱਗਾਂ ਦੇ ਪੀਰ ਰੱਬ ਦੇ ਹਬੀਬ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਅੱਜ ਬੈਤੁੱਲਾ ਦੇ ਸਾਹਮਣੇ ਖੜੇ ਨੇ ਉਮਰ ਮੰਗਣ ਡੈ ਨੇ ਓਏ ਅੱਲਾਹ ਦੀ ਕਸਮ ਫੈਸਲਾਬਾਦੀਓ ਮੰਗ ਨਬੀ ਦੀਏ ਤੇ ਪਸੰਦ ਅਰਸ਼ ਵਾਲੇ ਰੱਬ ਦੀਏ ਮੰਗ ਮਹਿਬੂਬ ਦੀਏ ਪਸਾ ਵੇਖ ਲਵੋ ਪਸੰਦ ਅਰਸ਼ ਵਾਲੇ ਰਹਿਮਾਨ ਦੀਏ ਇਹ ਆਕਾ ਅਲੀ ਸਲਾ
सलाम है जिस जगह ते खड़े हो के दुआ कर रहे ने एक वेला ओ भी सी है ऐसे जगह ते खड़े हो के रब दे प्यारे खलील रहमान अली सलातो सलाम बे रब कोलो एक अल्लाह वाला मंगन डैने एक नबी दा सवाल करन डैने रब ने रही दुनिया तक लई कुरान बना देता है अल्लाह दुल जलाल नो प्यारे खलील दिया है दुआवां किन्नियां प्यारियां लग दिया ने खलील रहमान अली सलाम दुआ कर रहे ने रब्बना वबअस फीहिम रब्बना वबअस फीहिम रसूलम मिनहुम यतलु अलैहिम आयातही वायो ज़कीहिम वायो अल्लिमुहुमुल किताब वल हिकमता वायो ज़कीहिम इन्नकांतल अज़ीज़ुल हकीम अल्लाह सोने आए जिड्डा प्यारा तेरा घर बना देता है एडा प्यारा खतीब वे भेज दे खलील ने मंगया अल्लाह ने हबीब अता फरमा देता है अज हबीब मंगन डेने अल्लाह इस्लाम नु इज्जत अता फरमा दे अल्लाह दो चौधरी दे विचो एक चौधरी अता फरमा दे ओए साथियों दी लोड़ होया कर दी है ना ये ते प्यारे अकाली सलातो सलाम ने एक वेला ओविए साथी मंग देने प्यार प्यारे मूसा अली सलातो सलाम बे साथियां दिया दुआवां कर रहे ने रब ने कुरान नाजल फरमा देता है जनाबे मूसा अली सलाम दुआ कर रहे ने रब्बे शराली सदरी रब्बे शराली सदरी वयस्सिर ली अमरी रब्बे शराली सदरी वयस्सिर ली अमरी वाहलुल उकदतम मिन लिसानी वाहलुल उकदतम मिन लिसानी जनाबे मूसा अलैहि सलाम दुआ कर रहे ने रब्बे शराली सदरी अल्लाह मेरे सीने नु खोल दे ओए हाफजो हाफजो तालब इल्मो कुरान दिया तालीम हासिल करने वाले हो दुआ प्यारे मूसा नबी वाली कर दे रहा करो रब्बे शराहली सदरी अल्लाह मेरे सीने नु खोल दे रब्बे शराहली सदरी वयस्सिर ली अमरी अल्लाह मेरे काम नु आसान कर दे वाहलुल उकदतम मिन लिसानी अल्लाह मेरी जबान दियां गंडा खोल दे यफकाहु कौली अल्लाह मेरी गल दे लोकां नू समझ आउन लग पवे वाहलुल उकदतम मिन लिसानी यफकाहु कौली ते अगे एक होर दुआ कर रहे ने आंदे ने वजली वजीरम मिन आहली हारून अखी अल्लाह मेरे भरा हारून नू भी नबी बना दे अल्लाह मेरा वजीर बना दे अरशा वाले रब कोलो जनाबे मूसा दुआवां कर रहे ने अल्लाह ने अता फरमा दे आंदे ने ना एक
ਇੱਕ ਤੇ ਦੋ ਯਾਰਾਂ ਤੇ ਨਾਲੇ ਜਿੱਥੇ ਮਾਂ ਜੰਮੇ ਵੀਰ ਕੰਮ ਆਉਂਦੇ ਨੇ ਉੱਥੇ ਭਰਾਏ ਨਹੀਂ ਜੇ ਖਲੋ ਜਾਇਆ ਕਰਦੇ। ਜਿੱਥੇ ਮਾਂ ਜੰਮੇ ਵੀਰ ਵੀਰਾਂ ਦੀਆਂ ਬਾਹਾਂ ਬਣ ਜਾਇਆ ਕਰਦੇ ਨੇ ਦੂਜਾ ਕਦੋਂ ਵਾਲਾ ਕੰਮ ਆਇਆ ਕਰਦਾ ਏ। ਜਿੱਥੇ ਮਾਂ ਜੰਮੇ ਵੀਰ ਓਏ ਭਰਾ ਭਰਾਵਾਂ ਦੇ ਦਸਤੋ ਬਾਜ਼ੋ ਬਣ ਜਾਇਆ ਕਰਦੇ ਨੇ ਵੀਰ ਵੀਰਾਂ ਦੀਆਂ ਬਾਹਾਂ ਹੋ ਜਾਇਆ ਕਰਦੇ ਨੇ। ਵੀਰੋ ਨਾ ਇੱਕ ਦੂਜੇ ਤੋਂ ਹਸਦ ਕਰਿਆ ਕਰੋ ਆਪਣੇ ਮਾਂ ਜੰਮਿਆਂ ਨਾਲ ਪਿਆਰ ਕਰਿਆ ਕਰੋ ਆਪਣੇ ਮਾਂ ਜੰਮੇ ਵੀਰਾਂ ਨਾਲ ਮੁਹੱਬਤਾਂ ਕਰਿਆ ਕਰੋ। ਅੱਲਾ ਦੀ ਕਸਮ ਓਏ ਫੈਸਲਾਬਾਦੀਓ ਕੰਡ ਪਿੱਛੇ ਖਲੋਂਦੇ ਜੇ ਤੇ ਮਾਂ ਜੰਮੇ ਹੀ ਖਲੋਇਆ ਕਰਦੇ ਨੇ ਦੂਜੇ ਦਗਾ ਦੇ ਕੇ ਟੁਰ ਜਾਇਆ ਕਰਦੇ ਨੇ। ਐਵੇਂ ਮੂਸਾ ਅਲੈਹਿਸ ਸਲਾਮ ਮੰਗਣ ਡੈ ਨੇ ਹਾਰੂਨ ਅਖੀ ਅੱਲਾ ਸੋਨਿਆ ਮੇਰੇ ਵੀਰ ਹਾਰੂਨ ਨੂੰ ਮੇਰਾ ਵਜ਼ੀਰ ਬਣਾ ਦੇ। ਔਰ ਰੱਬ ਨੇ ਬਣਾ ਦਿੱਤਾ ਏ ਇੱਥੇ ਅਕਾਲੀ ਸਲਾਤੋ ਸਲਾਮ ਰੱਬੁਲ ਆਲਮੀਨ ਕੋਲੋ ਦੁਆਵਾਂ ਕਰਦੇ ਨਜ਼ਰ ਆ ਰਹੇ ਨੇ ਅੱਲਾਹੁਮਾ ਆਇਜ਼ਲ ਇਸਲਾਮ ਪਿਆਰੇ ਪੈਗੰਬਰ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਰਾਤ ਦੀਆਂ ਤਾਰੀਕੀਆਂ ਵੇਲੇ ਦੁਆਵਾਂ ਕੀਤੀਆਂ ਨੇ ਪਿਆਰੇ ਪੈਗੰਬਰ ਅਲੈਹਿ ਸਲਾਤੋ ਸਲਾਮ ਰਾਤ ਵੇਲੇ ਰੱਬ ਕੋਲੋਂ ਉਮਰ ਮੰਗਦੇ ਨਜ਼ਰ ਆ ਰਹੇ ਨੇ। ਔਰ ਦਿਨ ਚੜ੍ਹਿਆ ਨਾ ਦਿਨ ਚੜ੍ਹਿਆ ਉਮਰ ਰਵਾਨਾ ਹੋ ਜਾਂਦੇ ਨੇ ਇਰਾਦਾ ਤੇ ਖਤਰ ਨਾ ਲੈ ਕੇ ਜਾ ਰਹੇ ਨੇ ਇਰਾਦਾ ਤੇ ਬੜਾ ਗਲਤ ਲੈ ਕੇ ਜਾ ਰਹੇ ਨੇ ਸੌ ਊਂਟ ਦਾ ਇਨਾਮ ਦਾ ਲਾਲਚ ਲੈ ਕੇ ਜਾ ਰਹੇ ਨੇ ਤਲਵਾਰ ਲਹਿਰਾਉਂਦੇ ਨਜ਼ਰ ਆ ਰਹੇ ਨੇ। ਓਏ ਟੁਰ ਪਿਆ ਉਮਰ ਅੱਜ ਤਕਦੀਰ ਲਿਆਈਆ ਟੁਰ ਪਿਆ ਉਮਰ ਅੱਜ ਤਕਦੀਰ ਲਿਆਈਆ ਸੱਤਾਂ ਅਸਮਾਨਾਂ ਉੱਤੇ ਫਿਰ ਗਈ ਦੁਹਾਈ ਆਖਨ ਫਰਿਸ਼ਤੇ ਰੱਬਾ ਤੇਰੀ ਬੇਪਰਵਾਹੀਆ ਚੱਲੇਗਾ ਚਾਲ ਕੌਣ ਅੱਜ ਇਹਦੀ ਤਲਵਾਰ ਦੀ ਚੋਕ ਮਦੀਨੇ ਵਾਲੇ ਫਰਿਸ਼ਤਿਆਂ ਦੇ ਅੰਦਰ ਹਲ ਚਲ ਮੱਚ ਜਾਂਦੀ ਏ ਅਰਸ਼ਾਂ ਵਾਲਿਆ ਰੱਬਾ ਅੱਜ ਤੇਰੇ ਪਿਆਰੇ ਪੈਗੰਬਰ ਅਲੈਹਿਸ ਸਲਾਮ ਨੂੰ ਖਤਮ ਕਰਨ ਵਾਸਤੇ ਟੁਰ ਪਿਆ ਏ ਤੇ ਅਰਸ਼ਾਂ ਵਾਲੇ ਰੱਬ ਨੇ ਜਿਹੜਾ ਜਵਾਬ ਦਿੱਤਾ ਏ ਅੱਲਾ ਕਹਿ ਰਿਹਾ ਨੇ ਚੁੱਪ ਰਵੋ ਫਰਿਸ਼ਤਿਓ ਅੱਲਾ ਪਾਕ ਫਰਮਾਉਂਦਾ ਚੁੱਪ ਰਹੋ ਫਰਿਸ਼ਤਿਓ ਅੱਲਾ ਪਾਕ ਫਰਮਾਉਂਦਾ ਹਕਮਤ ਸਾਡੀ ਦਾ ਤੁਸਾਂ ਭੇਤ ਨਹੀਂ ਪਾਵਦਾ ਮੋਮਿਨ ਅੱਜ ਬਨ ਸੀ ਜਿਹੜਾ ਮਾਰਨ ਪਿਆ ਜਾਵਦਾ ਤੋੜ ਦੇਗਾ ਅੱਜ ਆਸ ਆਸ ਕੁਫਾਰ ਦੀ ਚੋਕ ਮਦੀਨੇ ਵਾਲੇ ਪਿਆਰੇ ਪੈਗੰਬਰ ਵਾਲੇ ਸਲਾਤੋ ਸਲਾਮ ਦਾਰੇ ਅਰਕਮ ਅਰਕਮ ਦੇ ਅੰਦਰ ਤਸ਼ਰੀਏ ਫਰਮਾਨ ਉਮਰ ਤਲਵਾਰ ਲਹਿਰਾਉਂਦਾ ਜਾ ਰਿਹਾ ਏ ਰਸਤੇ ਦੇ ਅੰਦਰ ਨਈਮ ਨਾਲ ਮੁਲਾਕਾਤਾਂ ਹੋ ਜਾਂਦੀਆਂ ਨੇ ਨਈਮ ਆਉਂਦਾ ਉਮਰ ਉਹ ਚੌਧਰੀ ਖੈਰ ਤੇ ਹੈ ਵੇ ਅੱਜ ਤੇਵਰ ਬਦਲੇ ਬਦਲੇ ਨਜ਼ਰ ਆ ਰਹੇ ਨੇ ਉਮਰ ਆਉਂਦਾ ਨਈਮ ਅੱਜ ਮੈਂ ਨਹੀਂ ਰਹਿਣ ਦੇਣਾ ਅੱਜ ਮੈਂ ਮਾਜ਼ ਅੱਲਾ ਇਹਦਾ ਨਾਮੋ ਨਿਸ਼ਾਨੀ ਮਿਟਾ ਦੇਣਾ ਏ ਤੇ ਨਹੀਂ ਮੰਨਦੇ ਨੇ ਓਏ ਉਮਰ ਐਵੇਂ ਉਧਰ ਉਧਰ ਜਾਣ ਡਿਆ ਏ ਜਿਹਨੂੰ ਖਤਮ ਕਰਨ ਵਾਸਤੇ ਚੱਲਿਆ ਏ ਆਪਣੇ ਘਰ ਦਾ ਤੇ ਜਾ ਕੇ ਪਹਿਲਾਂ ਪਤਾ ਕਰ ਤੇਰੀ ਭੈਣ ਫਾਤਿਮਾ ਨੇ ਤੇ ਤੇਰੇ ਬਹਿਨੋਈ ਸਈਦ ਨੇ ਉਸੇ
جامعہ محمدیہ وچ داخلہ لے لیا ہے تیرے گھر والیاں نے او دا کلمہ پڑھیا تے مسلمان ہو گیا نے عمر کہن لگا اچھا یہ گل ہے تے پھر میں ادھر تے بعد دے اندر جاواں گا اپنے گھر دا جا کے پتہ لے لینا وا سیدنا فاروق اعظم رضی اللہ تعالی عنہ اویخ لونا ہے اپنی بہن دے گھر وال روانہ ہو جاندے نے دروازے تے پہنچ دے نے اور جناب اندروں قرآن پڑھن دیاں آوازاں آ رہیاں نے او یار کیسا منظر ہوئے گا جدو جناب جس گھر دے اندر قرآن دیاں تلاوتاں کیتیاں جاندیاں نے ایک پاسے خامد بیٹھا ہے ایک پاسے پیاری بیوی بیٹھی ہے تے درمیان دے اندر رب دا قرآن نظر آ رہے آئے کدی خامد پڑھتا ہے تے بیوی سماعت کر رہی ہے کدے بیوی فاطمہ پڑھ رہی ہے تے خامد سید سندا نظر آ رہے آئے اس گھر دے اندر اللہ دیاں رحمتاں دا نزول ہو جایا کردا جے جس ویڑے دے اندر اللہ دا قرآن بہ کے گھر والے پڑھتے نظر آندے نے اج حالات بدل گئے نے اے جناب گھراں دے گھر تباہ و برباد ہو رہے نے ہر فرد دے ہاتھ دے اندر موبائل نظر آ رہے آئے گندیاں ترین فلم ڈرامے ویندے نظر آ رہے نے بیٹیے تے او دے ہاتھ دے اندر بھی موبائل بیٹے نے تے ان دے ہاتھاں دے اندر بھی موبائل ماپیاں دے ہاتھاں دے اندر موبائل نظر آ رہے نے اور رحمت رب دیاں کدو نازل ہون گیاں ویکھ لو نا کیسا پیارا جوڑا ہے جڑے قرآن پڑھ دے جا رہے نے تے سن دے جا رہے نے عمر دروازہ کٹ کٹان دے نے تے جلدے دے نال جناب خباب بن عرت نو لکا لیا جاندہ ہے جڑے قرآن دے تعلیم دین دے نظر آ رہے نے جناب فاطمہ دروازہ کھول دیاں نے عمر آندے نے کی کرن ڈیسا ہو خیر تے ہے وے نہ بہن نے ویکھیا کہ میرے ویر دے تیور بدلے بدلے نے اوے بہن ڈری نہیں جے فیصلہ بادیو شیر نی وانگو بہن سینہ تان کے کھڑی ہو جاندی ہے آندی ہے وے ویراں جھوٹ بولن دی والا کا دی لوڑے اگر سچ پوچھنا ہے اسی اللہ دے قرآن نو پہ پڑھ دے ساں اللہ دے قرآن دیاں تلاوتاں کر دے جا رہے ساں عمر حیران رہ گئے کہہ لگے کلمہ پڑھ لے آجے پہنا دیے ویرہ ہاں کلمہ پڑھ کے اسی آمینہ دے لال علیہ السلام دے تابع دار بن گیا عمر آندا میرے پوچھن دے بغیر ہی جناب فاروق اعظم رضی اللہ تعالی عنہ پہنو جناب تکلیفاں پہنچانا چاہندے نے اپنے بہنو سید نو زمین تے لٹا لیندے نے سینے تے بہ جاندے نے تلوار چلان لگ دے نے تے ماں جمی بہن جلدی نال اگے آ گئی ہے آندھیے وے میرے اماں جمعہ ویرا اپنی ماں جمعی بہنوں بیوا کران لگائیں بہنوئی تے حملہ کران تو پہلا اپنی ماں جمعی بہنوں قتل کر لے میرے تے حملہ کرنا سیدنا فاروق اعظم رضی اللہ تعالی عنہ حیران رہ جاندے نے اے تے او میری نمانی بہن جیڑی ڈر دیاں کدی پانی نہیں سی دیا کر دیے میرے ہوندیاں کمرے وچوں باہر نہیں سی نکلیا کر دیے اج اکھاں وچ اکھاں پا کے میرے نال گلاں کر دی نظر آ رہی ہے آج میں نو جواب دین دی نظر آ رہی ہے حالات بدل گئے
ਪਿਆ ਨੇ ਦਿਲ ਦੇ ਦੁਨੀਆ ਬਦਲਣ ਲੱਗੀ ਏ ਤੇ ਜਨਾਬੇ ਉਮਰ ਕਹਿਣ ਲੱਗੇ ਨੀ ਪਿਆਰੀਏ ਫਾਤਿਮਾ ਓਈ ਤੂੰ ਮੇਰੀ ਨੁਮਾ ਨੀ ਭੈਣ ਫਾਤਿਮਾ ਮੈਂ ਮੇਰੇ ਨਾਲ ਇੰਨਾ ਪਿਆਰ ਕਰਨ ਵਾਲੀ ਏ ਮੇਰੀਆਂ ਇੰਨੀਆਂ ਇੱਜ਼ਤਾਂ ਕਰ ਜਾਣ ਵਾਲੀ ਏ ਖੈਰ ਤੇ ਹੈ ਵੇ ਕਿਹੜੀ ਸ਼ੈ ਵੇ ਜਿੰਨੇ ਤੈਨੂੰ ਮੇਰੇ ਸਾਹਮਣੇ ਖੜਿਆ ਕਰ ਦਿੱਤਾ ਏ ਤੇ ਭੈਣ ਜਵਾਬ ਦਿੰਦੀ ਏ ਵੇ ਮੇਰੇ ਆ ਵੀਰਾਂ ਜਿਸ ਮਾਂ ਦਾ ਦੁੱਧ ਤੂੰ ਪੀਤਾ ਏ ਮੈਂ ਵੀ ਤੇ ਉਸੇ ਮਾਂ ਦਾ ਦੁੱਧ ਪੀਤਾ ਏ ਅਗਰ ਮੈਨੂੰ ਬਹਾਦਰ ਕੀਤਾ ਤੇ ਰੱਬ ਦੇ ਕੁਰਾਨ ਨੇ ਬਹਾਦਰ ਕੀਤਾ ਏ ਇਹ ਜਨਾਬ ਕੁਵਤਾਂ ਮਿਲੀਆਂ ਨੇ ਤੇ ਅੱਲਾਹ ਦੇ ਕੁਰਾਨ ਦੇ ਵਜ੍ਹਾ ਤੋਂ ਮਿਲੀਆਂ ਨੇ ਹੁਣ ਦਿਲ ਦੀ ਦੁਨੀਆ ਬਦਲਣ ਲੱਗੀ ਏ ਤੇ ਪਿਆਰੇ ਫਾਰੂਕ ਆਜ਼ਮ ਰਜ਼ੀ ਅੱਲਾਹੁ ਤਾਲਾ ਅਨੂ ਕਹਿਣ ਲੱਗੇ ਪਿਆਰੀਏ ਫਾਤਿਮਾ ਹੁੰਦਾ ਏ ਮਲੂਮ ਇਹ ਕੁਝ ਰੰਗਤ ਨੂਰਾਨੀ ਏ ਫਾਤਿਮਾ ਜਿਹਦੇ ਵਿੱਚ ਹੋ ਗਈ ਏ ਦੀਵਾਨੀ ਏ ਪੁੱਛ ਕੇ ਤੇ ਵੇਖਾਂ ਕੀ ਕੁਝ ਭੇਤ ਨਹਾਨੀ ਏ ਸੱਚ ਮੁੱਚ ਨਾ ਦੋਜ਼ਖ ਜਾਵਾਂ ਪਾਰੋਂ ਇਨਕਾਰ ਦੀ ਨੀ ਫਾਤਿਮਾ ਲਿਆ ਕੇ ਜ਼ਰਾ ਮੈਨੂੰ ਵੀ ਉਹ ਪੜਾਨਾ ਲਿਆ ਕੇ ਉਹ ਕੁਰਾਨ ਕਿਤਾਬ ਮੈਨੂੰ ਵੀ ਸੁਣਾਨਾ ਜਿਹੜਾ ਕੁਰਾਨ ਪੜ੍ਹ ਕੇ ਤੁਹਾਡੇ ਦਿਲ ਦੀ ਦੁਨੀਆ ਬਦਲ ਜਾਂਦੀ ਏ ਸੋਚ ਕੇ ਤੇ ਹਟਿਆ ਆ ਕੇ ਫਾਤਿਮਾ ਭੈਣ ਨੀ ਸੋਚ ਕੇ ਤੇ ਹਟਿਆ ਆ ਕੇ ਫਾਤਿਮਾ ਭੈਣ ਨੀ ਲਿਆ ਕੇ ਸੁਣਾ ਜੋ ਕੁਝ ਪੜਿਆ ਦਿਨ ਰਹਿਣ ਨੀ ਭਲਾ ਜੇ ਆਵੇ ਮੇਰੇ ਦਿਲ ਤਾਈ ਤਾਂ ਮੇਰੇ ਦਿਲ ਤਾਈ ਚੈਨ ਨੀ ਤੂੰ ਸੁਣਨ ਦੇ ਲਾਇਕ ਨਹੀਂ ਹੈ ਭੈਣ ਪੁਕਾਰ ਦੀ ਚੋਕ ਮਦੀਨੇ ਵਾਲੇ ਔਰ ਪਿਆਰੀ ਫਾਤਿਮਾ ਰਜ਼ੀ ਅੱਲਾਹੁ ਤਾਲਾ ਅਨਹਾ ਕਹਿ ਰਹੀਆਂ ਨੇ ਇਹ ਪਾਕ ਕਿਤਾਬ ਕੱਲੀ ਵੀਰਾ ਐ ਪਾਕ ਕਿਤਾਬ ਕੱਲੀ ਪਾਕ ਰਹਿਮਾਨ ਨੇ ਪਾਕ ਕਿਤਾਬ ਕੱਲੀ ਪਾਕ ਰਹਿਮਾਨ ਨੇ ਪੜਨ ਵੀ ਉਹ ਜਿਹੜੇ ਪਾਕ ਜ਼ੁਬਾਨ ਨੇ ਪੜ ਨਹੀਂ ਸਕਦੇ ਜਿਹੜੇ ਮੁਸ਼ਰਕ ਨਾਦਾਨ ਨੇ ਉਮਰ ਨੂੰ ਭੈਣ ਅੱਗੋਂ ਦਬਕਾਂ ਚ ਮਾਰਦੀ ਚੋਕ ਮਦੀਨੇ ਵਾਲੇ ਔਰ ਪਿਆਰੇ ਉਮਰੇ ਫਾਰੂਕ ਰਜ਼ੀ ਅੱਲਾਹੁ ਤਾਲਾ ਅਨੂ ਹੁਣ ਭੈਣ ਦੇ ਅੱਗੇ ਤਰਲੇ ਕਰਦੇ ਨਜ਼ਰ ਆ ਰਹੇ ਨੇ ਭੈਣ ਨੂੰ ਕਹਿਣ ਲੱਗੇ ਇਹ ਮੇਰੀ ਮਾਂ ਜੰਮੀਏ ਭੈਣ ਫਾਤਿਮਾ ਭੈਣ ਦੇ ਅੱਗੇ ਉਮਰ ਵਾਸਤੇ ਪਾਵਦਾ ਲਿਆ ਕੇ ਸੁਣਾ ਦੇ ਮੈਨੂੰ ਚਸ਼ਮਾ ਇਮਾਨ ਦਾ ਤੂੰ ਹੀ ਸੁਣਾ ਦੇ ਮੈਂ ਨਹੀਂ ਹੱਥ ਲਗਾਵਦਾ ਤਾਂ ਤੁਹਾਡੀਆਂ ਐਤਾਂ ਭੈਣ ਕੱਢ ਖਲਾਰ ਦੀ ਚੋਕ ਮਦੀਨੇ ਵਾਲੇ ਇਹ ਜਦੋਂ ਭੈਣ ਦੇ ਤਰਲਿਆਂ ਵੱਲ ਭੈਣ ਨੇ ਵੇਖਿਆ ਨਾ ਨੀ ਮੇਰੀ ਮਾਂ ਜੰਮੀਏ ਭੈਣ ਲਿਆ ਨਾ ਜ਼ਰਾ ਉਹ ਕੁਰਾਨ ਮੈਨੂੰ ਪੜ੍ਹ ਕੇ ਸੁਣਾ ਦੇ ਚੱਲ ਮੈਂ ਹੱਥ ਨਹੀਂ ਲਾਉਂਦਾ ਤੂੰ ਹੀ ਜ਼ਰਾ ਮੈਨੂੰ ਤਿਲਾਵਤ ਕਰਕੇ ਸੁਣਾ ਦੇ ਹੁਣ ਭੈਣ ਨੇ ਕੁਰਾਨ ਖੋਲਿਆ ਸੁਭਾਨ ਅੱਲਾ ਸੁਭਾਨ ਅੱਲਾ ਭੈਣ ਹੁਣ ਵੀਰ ਦੇ ਸਾਹਮਣੇ ਕੁਰਾਨ ਪੜ੍ਹਨ ਡਈ ਏ ਅੱਲਾਹੁਲ ਜਲਾਲ ਦਾ ਕੁਰਾਨ ਬਿਸਮ
الله الرحمن الرحيم پھر کہہ دیو محترم جا جناب تو چودھری تارک ریحان صاحب اللہ تو اڈا ہونا قبول فرمائے ملک صاحب تڑپ جائے آجے اللہ ذل جلال دا قرآن پڑھ دیا جا رہی نے تو ما انزلنا علیک القرآن لتشکا الا تذکرۃ لمن یخشا تنزیلا ممن خلق الارض والسماوات العلا الرحمن على العرش استوى له ما في السماوات وما في الارض وما بينهما وما تحت الثرى وإن تجهر بالقول فإنه يعلم السر وأخفى الله لا إله إلا هو له الأسماء الحسنى بہن فاطمہ قرآن پڑھ پڑھ کے سنا رہی ہے اوے تواغا دیاں ایتاں اج پہلی آئیاں سی تواغا دیاں ایتاں اج پہلی آئیاں سی فاطمہ نے ویر نو جان پڑھ کے سنایا سی تے چھم چم روے نالے دیندا دوہائیاں سی ہنجواں دے نال داڑی پیج گئی سردار دی بہن پڑھ پڑھ کے قرآن سنا رہی ہے تے جناب عمر روندے جا رہے نے تے تڑپ دے جا رہے نے انج پیارے عمر روندے نے جے میں بچہ ماں دیاں جدائیاں وچ پیا روندا ہے جناب فاطمہ پڑھ کے سنا رہیاں نے عمر سنی جاندے نے تے روئی جاندے نے آ ویکھ لو کیسا پیارا منظر ہے جدو بہن دے کولوں ویر قرآن سندا جا رہے آئے تے جدو قرآن سن لیا نا انقلاب آ گیا جے انقلاب اج بھی آ سکدا ہے اگر قرآن نال پیار پایا جائے انقلاب اج بھی آ سکدا ہے اگر ویر بہناں نال پیار کر دے نظر آنے انقلاب اج بھی آ سکدا ہے اگر ماں جمیاں بہناں نال محبت کیتیاں جان انقلاب اج کیوں نہیں آ رہا اج جناب بندے اور جناب غم زدہ کیوں نظر آ رہے نے اے دی مین وجہ جتھے اور بھی وجوہات نے اے دے نال نال ایک وجہ اے وی ہے کہ برا اپنیاں بہناں دے حق کھاندے نظر آ رہے نے برا بہناں دے حق مار دے نظر آ رہے نے اور جناب ماں جمیاں بہناں نو وراثت تو محروم کر دیتا جا رہے ہے اور ویر جیڑے نے او جناب بہناں دا حق کھاندے نظر آ رہے نے اے جناب بہن نے معاف کر دیتا ہے جدو بہن نے معاف کر دیتا ہے اللہ ذل جلال دی قسم اٹھا کے کہاں گا کہ آپ پاکستان دے اندر کو ایسا پرا ہے وے جن نے آکھیا ہووے میں اپنا حق معاف کیتا ہے میں اپنا حق بہن نو دے رہا ہاں کیا بہن کیوں معاف کر دیا نے انہاں نو پتہ ہے جے حق معاف نہ کیتا بھراواں دے دروازے بند ہو جان گے بھرا نے تیور بدل لینے نے بھرا نے اپنے دروازے نو بند کر لینے میرے واسطے اے سونے ہو اسی سمجھنے ہاں کہ جناب حق کا دا رہ گیا مگر اینے لکھ دا جہیز دے دیتا ہے حق اجے بھی پیچھے رہ گیا
ਆ ਕੁਰਾਨ ਮੇਰੇ ਹੱਥ ਦੇ ਅੰਦਰ ਹੈ, ਕਰੋੜ ਦਾ ਜਹੇਜ਼ ਦੇ ਲਵੋ। ਇਹ ਜਹੇਜ਼ ਵਿਰਾਸਤ ਨਹੀਂ ਹੈ ਤੇ ਤੇਰੇ ਵੱਲੋਂ ਤੋਹਫ਼ਾ ਹੈ, ਤੋਹਫ਼ਾ। ਇਹ ਭੈਣ ਵੱਲ ਬੇਟੀ ਵੱਲ ਤੇਰੇ ਵੱਲੋਂ ਤੋਹਫ਼ਾ ਜਾ ਰਿਹਾ। ਇੱਧਰ ਜਨਾਬ 5 ਕਰੋੜ ਦੀ ਜਾਇਦਾਦ ਹਜ਼ਮ ਕਰਕੇ ਬਹਿ ਗਿਆ ਤੇ ਜਨਾਬ 10 ਲੱਖ ਦਾ ਜਹੇਜ਼ ਦੇ ਕੇ ਤੂੰ ਸਮਝਣਾ ਮੈਂ ਭੈਣ ਦਾ ਹੱਕ ਅਦਾ ਕਰ ਦਿੱਤਾ। ਅੱਲਾਹ ਦੁਲ ਜਲਾਲ ਦੀ ਕਸਮ ਹੈ, ਕਿਆਮਤ ਵਾਲੇ ਦਿਨ ਤੇਰਾ ਗਿਰੇਬਾਨ ਹੋਏਗਾ ਤੇ ਤੇਰੀਆਂ ਭੈਣਾਂ ਦਾ ਹੱਥ ਹੋਏਗਾ। ਅਕਾਲੀ ਸਲਾਤੋ ਸਲਾਮ ਫਰਮਾਉਂਦੇ ਨੇ, ਜਿਸ ਬੰਦੇ ਨੇ ਇੱਕ ਗਿੱਠ ਜ਼ਮੀਨ ਕਿਸੇ ਦੀ ਤੇ ਨਾ ਹੱਕ ਕਬਜ਼ਾ ਕਰ ਲਿਆ। ਇਹ ਭੈਣਾਂ ਦੇ ਹੱਕ ਤੇ ਕਬਜ਼ਾ ਹੀ ਹੋ ਰਿਹਾ। ਜਿਹਨੇ ਇੱਕ ਗਿੱਠ ਜ਼ਮੀਨ ਨਾ ਹੱਕ ਕਬਜ਼ਾ ਕੀਤਾ, ਜੱਗਾਂ ਦੇ ਪੀਰ ਅਲੀ ਸਲਾਮ ਫਰਮਾਉਂਦੇ ਨੇ, ਕਿਆਮਤ ਵਾਲੇ ਦਿਨ 7 ਜ਼ਮੀਨਾਂ ਦਾ ਤੌਕ ਉਸ ਬਦਬਖਤ ਦੇ ਗਲ ਵਿੱਚ ਪਾ ਦਿੱਤਾ ਜਾਏਗਾ। ਇਸ ਵਾਸਤੇ ਅੱਜ ਵੇਲਾ ਜੇ, ਅੱਜ ਮੌਕਾ ਜੇ, ਭੈਣਾਂ ਦੇ ਹੱਕ ਪੂਰੇ ਪੂਰੇ ਅਦਾ ਕਰਕੇ ਜਾਇਆ ਜੇ, ਆ ਵੇਖ ਲਵੋ ਨਾ ਇਨਕਲਾਬ ਆ ਗਿਆ ਏ। ਹੁਣ ਜਦੋਂ ਕੁਰਾਨ ਸੁਣ ਲਿਆ, ਹੁਣ ਅਰਜ਼ਾਂ ਕਰੇਂਦਾ ਲੈ ਚੱਲ ਨਬੀ ਦੇ ਕੋਲ ਨੀ। ਉੱਚੀ ਕਹਿ ਦਿਓ, ਤੁਹਾਡੀ ਬਿਜਲੀ ਤੇ ਨਹੀਂ ਗਈ, ਕਹਿ ਦਿਓ ਸੁਭਾਨ ਅੱਲਾ। ਹੁਣ ਅਰਜ਼ਾਂ ਕਰੇਂਦਾ ਲੈ ਚੱਲ ਨਬੀ ਦੇ ਕੋਲ ਨੀ, ਰੋ ਰੋ ਬਖਸ਼ਾਲਾਂ ਜਿਹੜੇ ਬੋਲੇ ਮੈਂ ਬੋਲਨੀ, ਪਾਕ ਨਬੀ ਤੋਂ ਸੁੱਟਾਂ ਮੈਂ ਜਿੰਦੜੀ ਨੂੰ ਗੋਲਨੀ, ਤੂੰ ਜਾਨ ਦੇ ਲਾਇਕ ਨਹੀਂ ਭੈਣ ਪੁਕਾਰ ਦੀ, ਤੂੰ ਚੋਰ ਸਰਕਾਰੀ ਬੇ ਅਦਬ ਰਸੂਲ ਦਾ, ਦੁਸ਼ਮਨ ਹਮੇਸ਼ਾ ਰਿਓ ਨਬੀ ਮਕਬੂਲ ਦਾ, ਹੱਥ ਕੜੀ ਦਾਰੋ ਹੁੰਦਾ ਹੁਕਮ ਅਦੂਲ ਦਾ, ਮੈਂ ਹੱਥ ਕੜੀ ਲਾ ਕੇ ਖੜਸਾਂ ਤਰਫ ਦਰਬਾਰ ਦੀ। ਔਰ ਅੰਦਾਜ਼ ਕੈਸਾ ਪਿਆਰਾ ਏ, ਆਪਣਾ ਹੀ ਸਾਵਾ ਦਿੰਦਾ ਵੇਖੋ ਦਲੇਰੀਆਂ। ਹਾਜੀ ਜਵੇਦ ਪੰਜਾਬੀ ਸਾਹਿਬ ਮੇਰੇ ਵੱਲ ਤੱਕੇ ਆ ਜੇ ਜ਼ਰਾ, ਆਪਣਾ ਹੀ ਸਾਵਾ ਦਿੰਦਾ ਵੇਖੋ ਦਲੇਰੀਆਂ, ਫਾਤਿਮਾ ਘੁੱਟ ਕੇ ਬਨ ਲੈ ਮੁਸ਼ਕਾਂ ਤੂੰ ਮੇਰੀਆਂ, ਉਮਰ ਦੀਆਂ ਬਾਵਾਂ ਪੈਣ ਪੇਸ਼ਾਂ ਨੂੰ ਉਲੇਰੀਆਂ, ਸਾਫੇ ਦੀ ਗੰਢ ਪੈਣ ਕੁੱਟ ਕੇ ਮਾਰ ਦੀ। ਇਹ ਪਿਆਰੀ ਭੈਣ ਆਮਿਨਾ ਦੇ ਲਾਲ ਅਲੀ ਸਲਾਤੋ ਸਲਾਮ ਦੇ ਦਰੇ ਦੌਲਤ ਵੱਲ ਲੈ ਕੇ ਜਾ ਰਹੀ ਹੈ, ਜਾ ਰਹੀ ਹੈ। ਅਕਾਲੀ ਸਲਾਤੋ ਸਲਾਮ ਦਾਰੇ ਅਰਕਮ ਦੇ ਅੰਦਰ ਆਪਣੇ ਪਰਵਾਨਿਆਂ ਦੇ ਨਾਲ ਬੈਠੇ ਨੇ, ਇੰਜ ਦੂਰੋਂ ਨਜ਼ਰਾਂ ਪੈ ਜਾਂਦੀਆਂ ਨੇ। ਸਹਾਬਾ ਅਰਜ਼ ਕਰਦੇ ਨੇ, ਅੱਲਾਹ ਦੇ ਨਬੀ ਜੀ, ਇੰਜ ਲੱਗਦਾ ਕਿ ਉਮਰ ਆ ਰਿਹਾ ਏ। ਜਨਾਬੇ ਅਮੀਰ ਹਮਜ਼ਾ ਰਜ਼ੀ ਅੱਲਾਹੋ ਤਾਲਾ ਅਨੋ, ਜਿਹੜੇ ਅਜੇ 3 ਦਿਨ ਪਹਿਲਾਂ ਮੁਸਲਮਾਨ ਹੋਏ ਨੇ, ਕਹਿਣ ਲੱਗੇ ਅਕਾਲੀ ਸਲਾਮ ਜੀ, ਇਹ ਮੇਰੇ
نتیجے جان عمر جے خیر نہ لایا تے بڑی اچھی بات ہے اگر ارادہ اور لے کے آئے میں خود عمر دی تلوار دے نال او دا کم کر دیواں گا آقا علیہ الصلوۃ والسلام نے اوندے عمر دی ٹور ول ذرا تکیا نظر ماریاں پیارے پیغمبر علیہ السلام ویندے نے اوے میرے او پروانے او خوش ہو جاؤ اج عمر آ رہا تے چودھری والی ٹور نہیں لگدی پئی اے اے تے ٹور بدلی بدلی نظر آ رہی ہے آقا علیہ الصلوۃ والسلام فرماندے نے دروازہ کھول دیو دروازہ کھول دیو آقا جی عمر آ رہے ہے آقا علیہ السلام فرماندے نے دروازہ کھول دیو عمر آپ نہیں آ رہا میں رات ویلے رب کولو دعاواں کیتیاں نے انہاں دعاواں دا جواب آ رہا ہے انہاں دعاواں دا ثمر آ رہا ہے آقا علیہ الصلوۃ والسلام نے دروازہ کھول دیتا ہے اور پیارے پیغمبر علیہ الصلوۃ والسلام اپنے پروانیاں نو کہہ رہے نے اے میرے او صحابیو اے میرے او پیارے او پروانیو تمہیں یارو مبارک ہو تمہیں یارو مبارک ہو عمر ابن خطاب آیا خدا سے میں نے مانگا تھا خدا سے میں نے مانگا تھا دعاؤں کا جواب آیا خدا سے میں نے مانگا تھا دعاؤں کا جواب آیا وہ آیا ہے تو آنے دو بچھا دو پل کے راہوں پر وہ پہلا سا نہیں لگتا کرو نا شک نگاہوں پر وہ آیا ہے نہ جانے کو خدا کا انتخاب آیا تمہیں یارو مبارک ہو عمر ابن خطاب آیا دروازہ کھول دیتا جاندا ہے آقا علیہ الصلوۃ والسلام اپنی جگہ تو اٹھ کے اگے آ گیا نے عمر دے کندھے تو پکڑ کے ہلاندے نے عمر سچ سچ دسی کیڑی نیت لے کے آیا ارادہ کی لے کے آیا ہے عمر دیاں اکھاں ڈل جاندیاں نے اللہ دے نبی جی اجے بھی پوچھن دی لوڑ رہ گئی ہے ارادہ تے بڑا خطرناک لے کے آیا سائے راہ دے اندر بہن دے کولوں قرآن سن لے آئے ہن کلمہ پڑھا کے تے اپنا پروانہ بنا لو واہ عمر میں تیری عظمت تو صدقے جاواں آقا علیہ السلام نے اپنے سینے دے نال لگا لے آئے عمر کیسیاں لذتاں محسوس کیتیاں ہون گیاں جدوں نبوت والے سینے دے نال اپنا سینہ لگایا ہوئے گا اے جگ دے پیر اٹھ کے سینے نال لا لیا جگاں دے پیر اٹھ کے سینے نال لا لیا دشمن پرانا اج مرید بنا لیا تے گوڈے نال گوڈا لا کے کول بٹھا لیا عمر نو چودر مل گئی عالی دربار دی
او پیارے فاروق اعظم رضی اللہ تعالی عنہ اسلام لے آندا ہے جگاں دے پیر علی صلی اللہ علیہ وسلم نے 17 دفعہ جنت دیاں بشارتاں دے دتیاں نے ایک ویلا پھر او وی آیا ہے سیدنا ابو بکر صدیق رضی اللہ تعالی عنہ دنیا تو جانے والے نے آخر دے اندر پیارے ابو بکر نے آخری ویلے جناب عمر نو اپنے در دولت بلایا ہے امیر المومنین آندے نے او پیارے عمر لیس لی بہا جان اے پیارے عمر میں تینوں اپنا نائب مقرر کر کے جا رہا ہاں اپنے بعد میں تینوں خلیفہ نامزد کرن دے آما ہے جناب عمر کہن لگے لیس لی بہا جان امیر المومنین جی مینوں اینا دی لوڑ ہی نہیں خلافت دی ضرورت نہیں ہے تے جناب ابو بکر آندے نے ولیس لی بہا جان سیدنا ابو بکر صدیق رضی اللہ تعالی عنہ ویکھ لو کیسا پیارا جواب دے رہے نے ولا کم بہا الی کہا جان ولا کم بہا الی کہا جان عمر پیارے تینوں خلافت دی لوڑ نہیں ہے پر خلافت نو تیریاں بڑیاں ضرورتاں نے ابو بکر دنیا تو چلے گیا نے عمر خلیفہ المسلمین بن جاندے نے ساڈے بائی لاکھ مربع میل دے حکمران نے رات دیاں تاریکیاں ویلے گشت کردے نظر آ رہے نے لوکاں دا حال چال پتہ کردے نظر آ رہے نے انج رات دیاں تاریکیاں ویلے جاندیاں ایک دروازے تے پہنچ دے نے ایک گھر دے وچوں بچیاں دے روندیاں آوازاں آ رہیاں نے تے ہنڈیا اس ماں نے اس عورت نے چولہے تے رکھی ہے جناب عمر تھوڑا جے آگے گئے نے دل نو چین نہیں آ رہا تے واپس آ جاندے نے پھر ویندے نے اجے بھی بچے رو رہے نے ہنڈیا چولہے تے رکھی نظر آئی آ رہی ہے عمر پھر اگے گئے تے پھر واپس آئے ہن بچے سو گئے نے تے جناب ہنڈیا بھی چولہے تو اتار دیتی ہے جناب عمر نے دروازہ کٹ کٹ آیا ہے عورت کے دروازہ کھول دیئے تے کہن لگی وے ویرا کون ہے عمر کہن لگے میری یہ بہن ہے یہ بچے آنو ان کانا کیوں نہیں کھلا دین دیئے تے اس عورت دیاں اکھاں جو آنسو نکل جان دینے آن دیئے وے میرے ویرا کی میں تینو جواب دے ماں کار دے اندر پکان لئی شاہ ملی کوئی نہیں تے میرے سینے دے اندر ماں والا دل تڑک دائے میرے کولو بچے آن دی پوک نہیں وے کی جان دیئے میں تے اپنے مومامی چولک میں نکال نکال کے اپنے بچے آنو کھلانا جانی آئے اے نوجوانوں نوجوانوں جان دے ہو اے ناما پہ آن دی قدر کریا کرو اے تے ہو پیارے ماں پہ نے جڑے آپ پوکے آن رہ کے اپنی اولادنوں کھلان دے نظروں دے نے اپنی اولادہ دیاں فرمیشاں پوریاں کر دے نظروں دے نے تے پھر ماں والا دے لینا اس عورت دے سینے دے اندر آن دیئے میرے کولو برداشت نہیں ہویا میں خالی پانی ہنڈیا دے اندر او بالنا رکھ دیتا اینا بچے آنو میں تے بہلا رہی سا ہنم بچے سون گیا نے تے چلے تو ہنڈیا اٹھار کے رکھ دیتی ہے عمر حیران رہ گیا پریشان ہو گیا اکھاں چون سو نکل دے نظر آ رہا نے اے جناب کار گیا نے بیت المال جو راشن دی بوری لین دے نے کہاں لگے غلام اسلم اس بوری نو میرے کندیاں تے ذرا رکھ دے غلام آن دے امیر المومنین
ਹਸੀਨ ਜੀ ਮੇਰੇ ਕੰਧਿਆਂ ਤੇ ਜ਼ਰਾ ਬੋਰੀ ਰੱਖ ਦਿਓ, ਤੁਸੀਂ ਵਕਤ ਦੇ ਹੁਕਮਰਾਨ ਹੋ, ਅਮੀਰ ਉਲ ਮੋਮਿਨੀਨ ਆਉਂਦੇ ਨੇ, ਓਏ ਗੁਲਾਮ ਅਸਲਮ ਅੱਜ ਤੇ ਮੇਰੇ ਬੋਝ ਉਠਾ ਲਵੇਂਗਾ, ਕੱਲ ਕਿਆਮਤ ਵਾਲੇ ਦਿਨ ਵੀ ਮੇਰੇ ਬੋਝ ਚੁੱਕ ਲਵੇਂਗਾ ਕਿ ਨਹੀਂ ਹੈ। ਹੁਕਮਰਾਨੋ ਹੁਕਮਰਾਨੋ, ਰੱਬ ਦਾ ਵਾਸਤਾ ਦੇ ਕੇ ਕਹਿਣਾ ਚਾਹੁੰਦਾ ਵਾ, ਅੱਜ ਹਰ ਬੰਦਾ ਪਰੇਸ਼ਾਨ ਨਜ਼ਰ ਆ ਰਿਹਾ ਹੈ, ਅੱਜ ਜਨਾਬ ਸੈਂਕੜੋ ਦੇ ਹਿਸਾਬ ਦੇ ਨਾਲ ਲੋਕ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੋ ਰਹੇ ਨੇ, ਔਰ ਜਨਾਬ ਸੜਕਾਂ ਭਰੀਆਂ ਨਜ਼ਰ ਆ ਰਹੀਆਂ ਨੇ, ਬਿੱਲ ਲੈ ਕੇ ਲੋਕ ਬਾਹਰ ਆ ਗਏ ਨੇ। ਮੈਂ ਤੇ ਅੱਜ ਇਹ ਕਲਿਪ ਵੇਂਦਾ ਸਾਂ ਪਿਆ ਕਿ ਇੱਕ ਮਾਂ ਜੀ ਵਡੇਰੀ ਅੰਮਾ ਜਾਨ ਨੇ, ਘਰ ਦੇ ਅੰਦਰ ਕਮਾਉਣ ਵਾਲਾ ਵੀ ਕੋਈ ਨਹੀਂ ਔਰ ਜਨਾਬ ਮਿਹਨਤ ਕਰਨ ਵਾਲਾ ਵੀ ਕੋਈ ਨਹੀਂ ਹੈ। ਮਾਂ ਨੇ ਬਿੱਲ ਹੱਥ ਦੇ ਅੰਦਰ ਫੜਿਆ, ਆਉਂਦੀ ਹੈ ਵੇ ਲੋਕੋ 15,000 ਬਿੱਲ ਆਇਆ ਹੈ, ਦੱਸੋ ਮੇਰੇ ਕੋਲ ਤੇ ਖਾਣ ਲਈ ਕੋਲ ਕੋਈ ਨਹੀਂ ਹੈ, ਮੈਂ ਬਿੱਲ ਕਿੱਥੋਂ ਤਾਰਾਂਗੀ ਹੈ। ਸੈਂਕੜੋ ਦੇ ਹਿਸਾਬ ਦੇ ਨਾਲ ਲੋਕਾਂ ਨੇ ਖੁਦਕੁਸ਼ੀਆਂ ਕਰ ਲਈਆਂ ਨੇ, 30,000 ਬਿੱਲ ਆਇਆ, ਇਸ ਬੰਦੇ ਦੀ 15,000 ਸੈਲਰੀ ਹੈ ਤੇ 30,000 ਬਿੱਲ ਕਿੱਥੋਂ ਤਾਰੇਗਾ। ਇੱਕ ਆ ਬੰਦੇ ਨੇ ਆਪਣੀ ਮੋਟਰਸਾਈਕਲ ਵੇਚ ਕੇ ਘਰ ਦਾ ਬਿੱਲ ਤਾਰੇ ਆਏ, ਅਗਲੇ ਮਹੀਨੇ ਦੁਬਾਰਾ ਬਿੱਲ ਆ ਗਿਆ, ਉਹ ਆਂਦਾ ਦੱਸੋ ਮੈਂ ਬੱਚਿਆਂ ਨੂੰ ਖਿਲਾਵਾਂ ਤੇ ਬਿੱਲ ਤਾਰਦਾ ਨਜ਼ਰ ਆਵਾਂ। ਹੁਕਮਰਾਨੋ ਹੁਕਮਰਾਨੋ, ਇਹ ਜਿਹੜੇ ਲੋਕ ਖੁਦਕੁਸ਼ੀਆਂ ਕਰਦੇ ਨਜ਼ਰ ਆ ਰਹੇ ਨੇ, ਇਹਨਾਂ ਦਾ ਵਬਾਲ ਅੱਜ ਦੇ ਹੁਕਮਰਾਨਾਂ ਦੇ ਸਿਰ ਪੈ ਰਿਹਾ, ਇਹਦੀ ਮੇਨ ਵਜ੍ਹਾ ਹੀ ਇਹ ਵੇ। ਜਨਾਬੇ ਫਾਰੂਕ ਆਜ਼ਮ ਰਜ਼ੀ ਅੱਲਾਹੁ ਤਾਲਾ ਅਨਹੁ ਆਂਦੇ ਨੇ ਦਰਿਆਏ ਫਰਾਤ ਦੇ ਕਿਨਾਰੇ ਤੇ, ਅਗਰ ਪਿਆਸਾ ਕੁੱਤਾ ਵੀ ਮਰ ਗਿਆ ਰੱਬ ਦੇ ਦਰਬਾਰ ਦੇ ਅੰਦਰ ਮੈਨੂੰ ਜਵਾਬ ਦੇਣਾ ਪਵੇਗਾ। ਹੁਕਮਰਾਨੋ ਪਿਆਰੇ ਉਮਰ ਦੀ ਸੀਰਤ ਨੂੰ ਪੜਿਆ ਕਰੋ, ਉਹ ਜਿਹੜੇ ਪਹਿਲਾਂ ਖੋਖਲੇ ਦਾਅਵੇ ਕਰਦੇ ਰਹੇ ਹੋ, ਉਹ ਖੋਖਲੇ ਦਾਅਵੇ ਯੇ ਕਰ ਦਿਆਂਗੇ ਵੋ ਕਰ ਦਿਆਂਗੇ, ਆ ਸਾਡੀ ਖੈਰ ਨਾਲ ਵਜ਼ੀਰ ਆਲਾ ਮਰੀਮ ਨਵਾਜ਼ ਸਾਹਿਬਾ ਜਿਹੜੀਆਂ ਨੇ ਅਜੇ ਵਜ਼ੀਰ ਆਜ਼ਮ ਬਣੀਆਂ ਨੇ ਆਉਂਦੀਆਂ ਨੇ, ਕਲਿਪ ਸੁਣਿਆ ਹੋਏਗਾ ਕਿ ਜਦੋਂ ਬਿੱਲ ਜ਼ਿਆਦਾ ਆਉਣ ਲੱਗ ਪੈਣ ਸਮਝ ਲਓ ਵਜ਼ੀਰ ਆਜ਼ਮ ਚੋਰ ਏ। ਮਰੀਮ ਸਾਹਿਬਾ ਤੁਹਾਡੀਆਂ ਆਪਣੀਆਂ ਗੱਲਾਂ ਨੇ, ਮੇਰੀ ਬਾਤ ਨਹੀਂ, ਤੁਹਾਡੇ ਆਪਣੇ ਬਿਆਨ ਨੇ ਕਿ ਜਦੋਂ ਬਿੱਲ ਜ਼ਿਆਦਾ ਆਉਣ ਲੱਗ ਪੈਣੇ ਸਮਝ ਲਓ ਉਸ ਮੁਲਕ ਦਾ ਵਜ਼ੀਰ ਆਜ਼ਮ ਚੋਰ ਏ। ਮੈਂ ਨਹੀਂ ਆਉਂਦਾ, ਤੁਹਾਡੇ ਆਪਣੇ ਬਿਆਨ ਨੇ। ਖੈਰ ਨਾਲ ਆਵਾਮ ਭੁੱਖੀ ਮਰਨ ਡਈ ਏ, ਸਾਡੇ ਹੁਕਮਰਾਨ ਸਾਰੀ ਦੌਲਤ ਜਮ੍ਹਾਂ ਕਰਕੇ ਜਨਾਬ ਇੰਗਲੈਂਡ ਦੇ ਅੰਦਰ ਪਹੁੰਚਾ ਰਹੇ ਨੇ, ਉੱਥੇ ਅਯਾਸ਼ੀਆਂ ਕਰਦੇ ਨਜ਼ਰ ਆ ਰਹੇ ਨੇ। ਰੱਬ ਦਾ ਵਾਸਤਾ ਦੇ ਕੇ ਕਹਿ ਰਿਹਾ ਵਾਂ, ਤਾਰੀਖ ਉਲ ਖੁਲਫਾ ਦੇ ਅੰਦਰ ਮੌਜੂਦ ਏ, ਅਲਾਮਾ ਸਯੂਤੀ ਰਹਿਮਤੁਲਾ ਅਲੈਹ ਨੇ ਨਕਲ ਫਰਮਾਇਆ, ਸੈਯਦਨਾ ਫਾਰੂਕ ਆਜ਼ਮ ਰਜ਼ੀ ਅੱਲਾਹੁ ਤਾਲਾ ਅਨਹੁ ਜਦੋਂ ਜਾਮੇ ਸ਼ਹਾਦਤ ਨੋਸ਼ ਕਰ ਗਿਆ ਨੇ ਨਾ, 8 ਸਾਲ ਦੇ ਬਾਅਦ ਹਜ਼ਰਤ ਅਬਦੁੱਲਾ ਇਬਨੇ ਅਬਾਸ ਰਜ਼ੀ ਅੱਲਾਹੁ ਤਾਲਾ ਅਨਹੁ ਖਾਬ ਦੇ ਅੰਦਰ ਅਮੀਰ ਉਲ ਮੋਮਿਨੀਨ ਨਾਲ ਮੁਲਾਕਾਤਾਂ ਹੋਈਆਂ ਨੇ। 8 ਸਾਲ ਦੇ ਬਾਅਦ ਖਾਬ ਵੇਂਦੇ ਨੇ, ਹਜ਼ਰਤ ਉਮਰ ਆਪਣਾ ਪਸੀਨਾ ਸਾਫ ਕਰਨ ਡਿਆ ਨੇ। ਮੈਂ ਪੁੱਛਿਆ ਅਮੀਰ ਉਲ ਮੋਮਿਨੀਨ ਖੈਰ ਤੇ ਹੈ ਵੇ? ਸੈਯਦਨਾ ਉਮਰ 8 ਸਾਲ ਦੇ ਬਾਅਦ ਜਵਾਬ ਦਿੰਦੇ ਨੇ, ਅਬਦੁੱਲਾ ਪਿਆਰੇ 8 ਸਾਲਾਂ ਦੇ ਬਾਅਦ ਅੱਜ ਮੈਂ ਹਿਸਾਬ ਕਿਤਾਬ ਰੱਬ ਨੂੰ ਦੇ ਕੇ ਤੇ ਫਾਰਗ ਹੋਇਆ ਵਾਂ। ਹੁਕਮਰਾਨੋ, ਕੀ ਰੱਬ ਨੂੰ ਜਾ ਕੇ ਹਿਸਾਬ ਕਿਤਾਬ ਦਿਆਓਗੇ? ਪਾਕਿਸਤਾਨ ਦੀ ਗਰੀਬ ਆਵਾਮ ਤੇ ਤਰਸ ਕਰੋ, ਇਹਨਾਂ ਨੂੰ ਰਿਲੀਫ ਦਿੱਤਾ ਜਾਏ, ਇਹਨਾਂ ਨਾਲ ਪਿਆਰ ਤੇ ਮੁਹੱਬਤ ਦਾ ਇਜ਼ਹਾਰ ਕੀਤਾ ਜਾਏ। ਇਹ ਜ਼ਿਆਤੀ, ਇਹ ਜੋ ਬਿੱਲਾਂ ਦੇ ਅੰਦਰ ਟੈਕਸ ਆ ਰਹੇ ਨੇ, ਇਜ਼ਾਫਾ ਹੋ ਰਿਹਾ ਹੈ ਹਜ਼ਾਰਾਂ ਦੇ ਹਿਸਾਬ ਦੇ ਨਾਲ,
ਇੱਕ ਮਜ਼ਦੂਰ ਬੰਦਾ, ਮਜ਼ਦੂਰ ਬੰਦਾ ਚਾਬੀਆਂ ਬਣਾਉਣ ਵਾਲਾ, ਉਹਨੂੰ ਬਿੱਲ ਆ ਗਿਆ 1,11,000 ਰੁਪਇਆ। ਉਹ ਰੋਣ ਡਿਆ, ਨੌਜਵਾਨ ਰੋਣ ਡਿਆ, ਆਂਦਾ ਮੀਡੀਆ ਤੇ ਬਿਆਨ ਦੇਣ ਡਿਆ, ਆਂਦਾ ਦੱਸੋ ਮੈਂ ਆਪਣੇ ਬੱਚਿਆਂ ਨੂੰ ਖਾਣਾ ਖਿਲਾਵਾਂ ਤੇ ਇਹਨਾਂ ਬਿੱਲਾਂ ਨੂੰ ਮੈਂ ਤਾਰਾਂ, ਕਿਹੜੇ ਪਾਸੇ ਜਾਈਏ। ਸੈਯਦਨਾ ਫਾਰੂਕ ਆਜ਼ਮ ਆਂਦੇ ਨੇ, ਅੱਜ ਤੇ ਮੇਰਾ ਬੋਝ ਚੁੱਕ ਲਏਗਾ, ਕਿਆਮਤ ਵਾਲੇ ਦਿਨ ਮੇਰਾ ਬੋਝ ਉਠਾਏਗਾ ਕਿ ਨਹੀਂ। ਖੈਰ ਰਾਸ਼ਨ ਦੀ ਬੋਰੀ ਲੈ ਕੇ ਆਉਂਦੇ ਨੇ, ਆਉਂਦੇ ਨੇ ਪਿਆਰੀਏ ਭੈਣ ਆਟਾ ਗੁੰਨ ਕੇ ਤੇ ਰੋਟੀਆਂ ਪਕਾ, ਮੈਂ ਸਾਲਨ ਤਿਆਰ ਕਰਨਾ ਵਾ। ਗੁਲਾਮ ਅਸਲਮ ਵੇਂਦਾ ਏ, ਸਾਡੇ 22 ਲੱਖ ਮੁਰੱਬਾ ਮੀਲ ਦਾ ਹੁਕਮਰਾਨ ਏ, ਚੁੱਲ੍ਹੇ ਦੇ ਅੰਦਰ ਰਾਤ ਦੀਆਂ ਤਾਰੀਕੀਆਂ ਵੇਲੇ ਅੱਗ ਪਿਆ ਬਾਲਦਾ ਏ, ਖਾਣਾ ਤਿਆਰ ਹੋ ਗਿਆ ਏ। ਅਸਲਮ ਆਂਦਾ ਅਮੀਰੁਲ ਮੋਮਿਨੀਨ ਜੀ ਚਲੋ ਵਾਪਸ ਚੱਲੀਏ। ਅਮੀਰੁਲ ਮੋਮਿਨੀਨ ਆਂਦੇ ਨੇ, ਓਏ ਪਿਆਰੇ ਅਸਲਮ, ਜਿਨ੍ਹਾਂ ਬੱਚਿਆਂ ਨੂੰ ਮੈਂ ਭੁੱਖ ਦੀ ਵਜ੍ਹਾ ਤੋਂ ਰੋਂਦਿਆਂ ਵੇਖਿਆ ਏ, ਖਾਣਾ ਖਾ ਲੈਂਦੇ ਨੇ, ਸੈਰ ਹੋ ਜਾਂਦੇ ਨੇ ਤੇ ਮੈਂ ਹੱਸਦਿਆਂ ਵੀ ਵੇਖਣਾ ਚਾਹੁੰਦਾ ਵਾ। ਬੱਚੇ ਖਾਣਾ ਖਾ ਕੇ ਮੁਸਕਰਾਉਣ ਲੱਗ ਪੈਂਦੇ ਨੇ ਤੇ ਭੈਣ ਉਹਨਾਂ ਬੱਚਿਆਂ ਦੀ ਮਾਂ ਆਸਮਾਨ ਵੱਲ ਆਪਣਾ ਚਿਹਰਾ ਉਠਾ ਲੈਂਦੀ ਹੈ। ਅਰਸ਼ਾਂ ਵਾਲੇ ਰੱਬਾ, ਅਮੀਰੁਲ ਮੋਮਿਨੀਨ ਉਮਰ ਦੀ ਜਗ੍ਹਾ ਤੇ ਇਸ ਮੇਰੇ ਵੀਰ ਨੂੰ ਵਕਤ ਦਾ ਹੁਕਮਰਾਨ ਬਣਾ ਦੇ। ਉਸ ਭੈਣ ਨੂੰ ਕੀ ਪਤਾ ਹੈ ਰਾਤ ਦੀਆਂ ਤਾਰੀਕੀਆਂ ਵੇਲੇ ਤੇਰੇ ਚੁੱਲ੍ਹੇ ਵਿੱਚ ਅੱਗ ਬਾਲਣ ਵਾਲਾ ਇਹੀ ਤੇ ਅਮੀਰੁਲ ਮੋਮਿਨੀਨ ਨੇ, ਇਹੀ ਤੇ ਵਕਤ ਦੇ ਹੁਕਮਰਾਨ ਨੇ ਜਿਨ੍ਹਾਂ ਦੇ ਬਾਰੇ ਅੱਲਾ ਐਲਾਨ ਕਰ ਰਹੇ ਨੇ। ਵੱਲਜ਼ੀਨ ਮਾਊ ਅਸ਼ਦਾ ਵਲਲ ਕੁਫਾਰ ਰੋਹਮਾ ਬੈਨਹੁਮ ਤਰਾਹੁਮ ਰੁਕਾਨ ਸੁਜਦਾਂ ਯਬਤਗੂਨਾ ਫਜ਼ਲੰ ਮਿਨ ਅੱਲਾਹ ਰਿਜ਼ਵਾਨ। ਇਹ ਉਹ ਲੋਕ ਨੇ ਜਿਨ੍ਹਾਂ ਦਾ ਤਜ਼ਕਰਾ ਅੱਲਾਹ ਦਾ ਕੁਰਾਨ ਵੀ ਕਰਨ ਡਿਆ ਹੈ, ਪਿਆਰੇ ਪੈਗੰਬਰ ਅਲੀ ਸਲਾਤੋ ਸਲਾਮ ਵੀ ਆਪਣੀ ਜ਼ਬਾਨੇ ਨਬੂਵਤ ਤੋਂ ਕਰਦੇ ਨਜ਼ਰ ਆ ਰਹੇ ਨੇ। ਅੱਲਾਹ ਦੇ ਹਜ਼ੂਰ ਦੁਆਏ, ਅੱਲਾਹ ਉਹਨਾਂ ਪਿਆਰੇ ਪੈਗੰਬਰ ਅਲੀ ਸਲਾਮ ਦੇ ਜਾਨ ਨਿਸਾਰਾਂ ਦੇ ਨਾਲ ਪਿਆਰ ਔਰ ਮੁਹੱਬਤ ਕਰਨ ਦੀ ਤੋਫੀਕ ਨਸੀਬ ਫਰਮਾਏ। ਸਦਕ ਅੱਲਾਹੁ ਅਲੀਯੁਲ ਅਜ਼ੀਮ ਵਸਦਕ ਰਸੂਲੁਹੁ ਨਬੀਯੁਲ ਕਰੀਮ ਵਨਹਨੁ ਅਲਾ ਜ਼ਾਲਿਕ ਮਿਨ ਸ਼ਾਹਿਦੀਨ ਵਸ਼ਾਕਰੀਨ ਵਲਹਮਦੁਲਿਲਾਹਿ ਰੱਬਿਲ ਆਲਮੀਨ।